ਮੈਂ ਮੰਗ ਕਰਦਾ ਕਿ ਗਊ ਮਾਤਾ ਨੂੰ ਰਾਸ਼ਟਰੀ ਪੰਛੀ ਸੋਰੀ ਪੰਛੀ ਨੇ ਰਾਸ਼ਟਰੀ ਜਾਨਵਰ ਜਿਹੜਾ ਜੀ ਉਹ ਅਨਾਊਂਸ ਕੀਤਾ ਜਾਵੇ। ਫਿਰ ਟਾਈਗਰ ਕੀ ਕਰੇ ਜੇ ਗਊ ਮਾਤਾ ਨੂੰ ਰਾਸ਼ਟਰੀ ਐਨੀਮਲ ਬਣਾਤਾ? ਟਾਈਗਰ ਤਾਂ ਕਹਿੰਦੇ ਕੀ ਕਰਾਂ ਹੁਣ, ਸ਼ੇਰ ਤਾਂ ਦਿਖਦਾ ਹੀ ਨਹੀਂ ਕਿਤੇ ਜੀ, ਸ਼ੇਰ ਹੈ ਕਿੰਨੇ ਕੁ ਆਪਣੇ ਕੋਲ ਜੀ, ਗਊਆਂ ਦੇ ਨਾਲ ਰੋਜ਼ ਮੌਤਾਂ ਹੋ ਰਹੀਆਂ ਨੇ ਜੀ। ਗਊ ਮਾਤਾ ਜੇ ਆਪਾਂ ਢੱਠੇ ਦੀ ਗੱਲ ਕਰੀ, ਢੱਠੇ ਵੀ ਨਾਲ ਨੇ ਜੀ, ਢੱਠੇ ਵੀ ਨਾਲ ਨੇ, ਕਿਉਂਕਿ ਦੇਖੋ ਮੇਲ ਫੀਮੇਲ ਦਾ ਸੁਮੇਲ ਹੈ ਜੀ ਪੂਰੀ ਸੰਸਾਰ ਦੇ ਵੀ ਸਾਰੇ ਕਿਤੇ, ਤਾਂ ਗਊ ਮਾਤਾ ਅਤੇ ਉਹਦੇ ਢੱਠਾ ਜਿਹੜਾ ਹੁੰਦਾ ਜੀ ਉਹ ਵੀ ਸੁਮੇਲ ਹੈ, ਤਾਂ ਉਹਨਾਂ ਦੀ ਰੱਖ ਰਖਾਅ ਲਈ ਪ੍ਰੋਪਰ ਤਰੀਕੇ ਨਾਲ ਇਹ ਕਾਨੂੰਨ ਬਣੇ। ਕੇਂਦਰ ਕਰੇ ਜਾਂ ਪੰਜਾਬ ਵੀ ਕੁਛ ਕਰੇ, ਪੰਜਾਬ ਸਰਕਾਰ ਵੀ ਕੁਛ ਕਰੇਗੀ ਕਿ ਨਹੀਂ ਕਰੂਗੀ? ਹੈਗੇ ਨੇ ਜੀ, ਗਊਸ਼ਾਲਾ ਹੈਗੀਆਂ ਨੇ, ਫੰਡ ਵੀ ਜਾਂਦਾ, ਕਾਊ ਸੈਕਸ ਵੀ ਜਾਂਦਾ ਜੀ, ਉਹ ਵੀ ਜਾਂਦਾ ਜੀ। ਅਸੀਂ ਵੀ ਆਪਣੇ ਪਰਿਵਾਰ ਦੇ ਵਿੱਚ ਗਊ ਨੂੰ ਮੀਰੀ ਕਹਿੰਦੇ ਹਾਂ, ਠੀਕ ਨਾ, ਮੀਰੀ ਰੱਖਦੇ ਹਾਂ। ਜਿਸ ਰੱਖੀ ਹੋਈ ਹੈ, ਮਨਸਬ ਰੱਖੀ ਹੋਈ? ਹਾਂ ਨਹੀਂ, ਹੁਣ ਤਾਂ ਨਹੀਂ, ਅਸੀਂ ਅਗਰ ਮੀਰੀ ਨਹੀਂ ਰੱਖਦੇ, ਅਸੀਂ ਗਊ ਮਾਤਾ ਨਹੀਂ ਰੱਖਦੇ ਤਾਂ ਸਾਡੇ ਘਰ ਦੇ ਵਿੱਚ ਦੁੱਧ ਨਹੀਂ ਸੀ ਹੁੰਦਾ। ਪਰ ਗਊ ਮਾਤਾ ਦੁੱਧ ਬੜਾ ਸ਼ੁੱਧ ਹੁੰਦਾ ਜੀ, ਪੀਣ ਲਈ ਬੜਾ ਸ਼ੁੱਧ ਆ, ਪੌਸ਼ਟਿਕ ਹੁੰਦਾ, ਬੱਚਿਆਂ ਲਈ ਵੀ, ਨੌਜਵਾਨਾਂ ਲਈ, ਬਜ਼ੁਰਗਾਂ ਲਈ ਬੜਾ ਵਧੀਆ ਹੁੰਦਾ, ਘਿਓ ਬੜਾ ਵਧੀਆ ਬਣਦਾ ਉਹਦਾ। ਗਊ ਰੱਖਿਆ ਵਾਸਤੇ ਸਪੈਸ਼ਲ ਕਾਨੂੰਨ ਬਣੇ ਕਿ ਜਿਹੜਾ ਬੰਦਾ ਇਹਦੀ ਉਲੰਘਣਾ ਕਰਦਾ ਉਹ 'ਤੇ ਸਖਤ ਤੋਂ ਸਖਤ ਕਾਰਵਾਈ ਹੋਵੇ, ਔਰ ਗਊ ਸਾਡੇ ਲਈ ਸਤਿਕਾਰਯੋਗ ਹੈ, ਔਰ ਗਊ ਮਾਤਾ ਦੀ ਰੱਖ ਰਖਾਓ। ਅਵਾਰਾ ਪਸ਼ੂਆਂ ਦਾ ਮੁੱਦਾ ਸਮੇਂ ਸਮੇਂ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਉੱਡਦਾ ਨਜ਼ਰ ਆਉਂਦਾ ਹੈ। ਕਈ ਵਾਰ ਇੱਥੋਂ ਤੱਕ ਮੰਗ ਹੁੰਦੀ ਹੈ ਕਿ ਸਲੋਟਰ ਹਾਊਸ ਖੋਲ੍ਹੇ ਜਾਣ, ਅਤੇ ਕਈ ਵਾਰ ਵਿਰੋਧੀਆਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਨਹੀਂ, ਸਲੋਟਰ ਹਾਊਸ ਨਹੀਂ ਬਲਕਿ ਅਵਾਰਾ ਪਸ਼ੂਆਂ ਦੇ ਲਈ ਔਰ ਖਾਸ ਤੌਰ ਦੇ ਉੱਤੇ ਗਾਈਆਂ ਦੇ ਲਈ ਕੋਈ ਥਾਂ ਬਣਾਈ ਜਾਵੇ। ਸਾਡੇ ਨਾਲ ਦੇਵ ਮਾਨ ਹੋਣੀ ਮੌਜੂਦ ਨੇ, ਜਿਨ੍ਹਾਂ ਨੇ ਅੱਜ ਗਾਈਆਂ ਦਾ ਮੁੱਦਾ ਚੁੱਕਿਆ ਹੈ। ਮਾਨ ਸਾਹਿਬ, ਕੀ ਤੁਹਾਡੀ ਮੰਗ ਸੀ ਔਰ ਤੁਹਾਨੂੰ ਇਹ ਕਿਉਂ ਕਹਿਣਾ ਪਿਆ ਕਿ ਗਾਈਆਂ ਨੂੰ ਰਾਸ਼ਟਰੀ ਐਨੀਮਲ ਬਣਾ ਜਾਣਾ ਚਾਹੀਦਾ? ਦੇਖੋ, ਗਊ ਮਾਤਾ ਸਾਡੇ ਧਰਮ 'ਚ ਵੀ, ਵੈਸੇ ਵੀ ਅਸੀਂ ਗਊ ਨੂੰ ਆਪਣੀ ਮਾਤਾ ਮੰਨਦੇ ਹਾਂ, ਠੀਕ ਹੈ ਜੀ, ਜਿੱਥੇ ਉਹ ਸਾਨੂੰ ਦੁੱਧ ਦਿੰ ਪਿਆਉਂਦੀ ਹੈ ਜੀ, ਠੀਕ ਹੈ ਜੀ, ਔਰ ਅਸੀਂ ਬਹੁਤ ਸਤਿਕਾਰ ਵੀ ਕਰਦੇ ਹਾਂ ਸਾਡੇ ਧਰਮ ਦੇ ਵਿੱਚ ਵੀ। ਪਰ ਮੈਂ ਇਹ ਮਸਲਾ ਇਸ ਕਰਕੇ ਚੱਕਿਆ ਕਿ ਸਾਡੇ ਕੋਲ ਬਹੁਤ ਸਾਰੀਆਂ ਕੰਪਲੇਂਟਾਂ ਆਉਂਦੀਆਂ ਨੇ, ਬਹੁਤ ਸਾਰੀਆਂ ਡੈਥ ਹੋਣ ਤੋਂ ਬਾਅਦ ਸਾਡੇ ਕੋਲ ਫੈਮਿਲੀ ਆਉਂਦੀਆਂ ਨੇ ਕਿ ਸਾਨੂੰ ਕੋਈ ਮੁਆਵਜ਼ਾ ਦਵਾ ਦਿਓ, ਸਾਡਾ ਕਸੂਰ ਕੀ ਸੀ ਸਾਨੂੰ ਇਹ ਤਾਂ ਦੱਸ ਦਿਓ, ਇਹਦੇ ਲਈ ਕਿਹੜਾ ਕਾਨੂੰਨ ਲੱਗੂਗਾ ਸਾਨੂੰ ਉਹ ਤਾਂ ਦੱਸ ਦਿਓ, ਇਹਦੇ ਲਈ ਸਰਕਾਰ ਕਿਹੜਾ ਕਾਨੂੰਨ ਲਾਗੂ ਕਰ ਰਹੀ ਹੈ ਸਾਨੂੰ ਉਹਦਾ ਦੱਸ ਦਿਓ, ਸਾਡਾ ਤਾਂ ਕੁਛ ਬਣੇ। ਇਸ ਕਰਕੇ ਮੈਂ ਮਸਲਾ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਉਠਾਇਆ ਕਿ ਅਵਾਰਾ ਪਸ਼ੂਆਂ ਦੇ ਨਾਲ ਜਿੱਥੇ ਇਨਸਾਨੀ ਜ਼ਿੰਦਗੀਆਂ ਜਾਂਦੀਆਂ ਨੇ, ਚਾਹੇ ਉਹ ਗਊ ਮਾਤਾ, ਚਾਹੇ ਉਹ ਢੱਠਾ ਜੀ, ਠੀਕ ਹੈ ਜੀ, ਜਿਹਦੇ ਨਾਲ ਇਨਸਾਨੀ ਜ਼ਿੰਦਗੀਆਂ ਜਾਂਦੀਆਂ ਨੇ, ਇਸ ਤੋਂ ਇਲਾਵਾ ਕਿਸਾਨਾਂ ਦੀ ਫਸਲ ਦਾ ਵੀ ਵੱਡਾ ਨੁਕਸਾਨ ਅਵਾਰਾ ਪਸ਼ੂਆਂ ਦੇ ਨਾਲ ਹੁੰਦਾ ਜੀ। ਕਿਸਾਨ ਦੀ ਪੁੱਤਾਂ ਵਾਂਗ ਪਾਲੀ ਫਸਲ ਜਿਹੜੀ ਆ ਉਹ ਖਰਾਬ ਹੁੰਦੀ ਹੈ। ਅਤੇ ਮੈਂ ਅੱਜ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ, ਕਿਉਂਕਿ ਇਕੱਲੀ ਸਟੇਟ ਦਾ ਮਸਲਾ ਨਹੀਂ ਜੀ, ਇਹ ਪੂਰੇ ਦੇਸ਼ ਦਾ ਮਸਲਾ ਹੈ ਜੀ, ਇਕੱਲੀ ਇੱਕ ਸਟੇਟ ਕਰ ਲਵੇ ਦੂਜੀ ਸਟੇਟ ਤੋਂ ਫਿਰ ਗਾਵਾਂ ਆ ਜਾਣਗੇ ਜੀ, ਅਤੇ ਇਹ ਮਸਲਾ ਜਿਹੜਾ ਜੀ ਪੰਜਾਬ ਸਰਕਾਰ ਪ੍ਰੋਪਰ ਤਰੀਕੇ ਨਾਲ ਲਿਖਤੀ ਰੂਪ ਦੇ ਵਿੱਚ ਕੇਂਦਰ ਸਰਕਾਰ ਨੂੰ ਭੇਜੇ, ਤਾਂ ਕਿ ਪੂਰੇ ਦੇਸ਼ ਦੇ ਵਿੱਚ ਇਹ ਕਾਨੂੰਨ ਬਣੇ ਔਰ ਸ਼ੈਲਟਰ ਬਣਨ, ਗਊ ਰੱਖਿਆ ਵਾਸਤੇ ਸਪੈਸ਼ਲ ਕਾਨੂੰਨ ਬਣੇ ਕਿ ਜਿਹੜਾ ਬੰਦਾ ਇਹਦੀ ਉਲੰਘਣਾ ਕਰਦਾ ਉਹ 'ਤੇ ਸਖਤ ਤੋਂ ਸਖਤ ਕਾਰਵਾਈ ਹੋਵੇ, ਔਰ ਗਊ ਸਾਡੇ ਲਈ ਸਤਿਕਾਰਯੋਗ ਹੈ, ਔਰ ਗਊ ਮਾਤਾ ਦੀ ਰੱਖ ਰਖਾਓ। ਇਹ ਉਦੋਂ ਤੱਕ ਨਹੀਂ ਜਦ ਤੱਕ ਦੁੱਧ ਦਿੰਦੀ ਹੈ ਜੀ, ਉਦੋਂ ਤੱਕ ਜਦ ਤੱਕ ਗਊ ਮਾਤਾ ਜਿਉਂਦੀ ਹੈ ਤਾਂ ਉਹਦੀ ਸੇਵਾ ਕਰਨਾ, ਚਾਹੇ ਜਿਹਨੇ ਰੱਖੀ ਹੈ ਉਹਦਾ, ਜਾਂ ਸਰਕਾਰ ਕੋਈ ਐਸਾ ਕਾਨੂੰਨ ਬਣਾਵੇ ਕਿ ਉਹਦੇ ਸ਼ੈਲਟਰ ਵੱਖਰੇ ਬਣਾ ਕੇ ਉੱਥੇ ਉਹਦੀ ਰੱਖ ਰਖਾਅ ਦਾ ਕੋਈ ਪ੍ਰੋਪਰ ਪ੍ਰਬੰਧ ਕੀਤਾ ਜਾਵੇ। ਰਾਸ਼ਟਰੀ ਐਨੀਮਲ, ਨੈਸ਼ਨਲ ਐਨੀਮਲ ਐਲਾਨਣ ਵਾਸਤੇ ਤੁਹਾਨੂੰ ਕਿਉਂ ਲੱਗਿਆ ਕਿ ਇਹ ਨਾਮ, ਇਹ ਐਲਾਨ ਜਿਹੜਾ ਹੈ ਉਹ ਗਾਈਆਂ ਵਾਸਤੇ ਕਰ ਦੇਣਾ ਚਾਹੀਦਾ? ਦੇਖੋ, ਪੂਰੇ ਦੇਸ਼ ਦੇ ਵਿੱਚ ਅਸੀਂ ਕਿਤੇ ਵੀ ਬਾਹਰ ਵੀ ਜਾਂਦੇ ਹਾਂ, ਸਾਰੇ ਕਿਤੇ ਜਾਂਦੇ ਹਾਂ, ਤਾਂ ਤੁਸੀਂ ਅਲੱਗ ਅਲੱਗ ਕਹਾਣੀਆਂ ਸੁਣ ਲਓ, ਤੁਸੀਂ ਗਊ ਮਾਤਾ ਜਿਹੜੀ ਆ ਅਸੀਂ ਉਹਨੂੰ ਬਹੁਤ ਉੱਚਾ ਅਹੁਦਾ ਦਿੰਦੇ ਹਾਂ ਜੀ, ਅਸੀਂ ਵੀ ਸਤਿਕਾਰ ਕਰਦੇ ਹਾਂ, ਅਸੀਂ ਵੀ ਆਪਣੇ ਪਰਿਵਾਰ ਦੇ ਵਿੱਚ ਗਊ ਨੂੰ ਮੀਰੀ ਕਹਿੰਦੇ ਹਾਂ ਜੀ, ਠੀਕ ਨਾ, ਮੀਰੀ ਰੱਖਦੇ ਹਾਂ। ਜਿਸ ਰੱਖੀ ਹੋਈ ਹੈ, ਮਨਸਬ ਰੱਖੀ ਹੋਈ? ਹਾਂ ਨਹੀਂ, ਹੁਣ ਤਾਂ ਨਹੀਂ, ਹੁਣ ਕੁਛ ਦਿਨ, ਕਿਉਂਕਿ ਸਾਡੇ ਬਜ਼ੁਰਗ ਹੋ ਗਏ ਮੇਰੇ ਮੰਮੀ ਡੈਡੀ, ਠੀਕ ਹੈ ਜੀ, ਪਹਿਲਾਂ ਅਸੀਂ ਰੱਖਦੇ ਸੀ ਸਾਡੇ, ਮੈਂ ਤੁਹਾਨੂੰ ਦੱਸਦਾ ਜੀ ਕਹਾਣੀ।
ਅਸੀਂ ਅਗਰ ਮੀਰੀ ਨਹੀਂ ਰੱਖਦੇ ਸੀ, ਗਊ ਮਾਤਾ ਨਹੀਂ ਰੱਖਦੇ ਤਾਂ ਸਾਡੇ ਘਰ ਦੇ ਵਿੱਚ ਦੁੱਧ ਨਹੀਂ ਸੀ ਹੁੰਦਾ। ਉਹ ਮੀਰੀ ਰੱਖਣੀ ਜ਼ਰੂਰੀ ਸੀਗੀ। ਪੁਰਾਣੇ ਬਜ਼ੁਰਗ ਸਾਰੇ ਜਾਣਦੇ ਇਸ ਗੱਲ ਨੂੰ ਜੀ। ਤਾਂ ਐਡਾ ਵੱਡਾ ਮਤਲਬ ਰੁਤਬਾ ਹੈ ਜੀ ਗਊ ਮਾਤਾ ਦਾ, ਔਰ ਗਊ ਮਾਤਾ ਦਾ ਦੁੱਧ ਬੜਾ ਸ਼ੁੱਧ ਹੁੰਦਾ ਜੀ, ਪੀਣ ਲਈ ਬੜਾ ਸ਼ੁੱਧ ਆ, ਪੌਸ਼ਟਿਕ ਹੁੰਦਾ, ਬੱਚਿਆਂ ਲਈ ਵੀ, ਨੌਜਵਾਨਾਂ ਲਈ, ਬਜ਼ੁਰਗਾਂ ਲਈ ਬੜਾ ਵਧੀਆ ਹੁੰਦਾ, ਘਿਓ ਬੜਾ ਵਧੀਆ ਬਣਦਾ ਉਹਦਾ। ਪਰ ਜਦੋਂ ਤੱਕ ਤਾਂ ਦਿੰਦੀ ਹੈ ਗਾਂ ਦੁੱਧ, ਉਦੋਂ ਤੱਕ ਤਾਂ ਸਭ ਕੁਝ ਠੀਕ ਹੈ। ਜਦੋਂ ਦੁੱਧ ਦੇਣਾ ਬੰਦ ਕਰ ਗਈ ਤਾਂ ਅੱਖਾਂ ਬੰਦ ਕਰਕੇ ਮੂੰਹ ਨੇੜੇ ਕਿਤੇ ਨਾ ਉਹਦਾ ਰੱਸਾ ਪਾ ਕੇ ਰੱਸਾ ਛੱਡਤਾ ਜਾਂ ਟਰਾਲੀ 'ਚ ਲਾ ਕੇ ਅਸੀਂ ਤਾਰ ਕੇ ਆਓਗੇ ਤੇ ਆਓਗੇ। ਇਹਦੇ ਲਈ ਕੇਂਦਰ ਸਰਕਾਰ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਵੇ, ਔਰ ਮੈਂ ਮੰਗ ਕਰਦਾ ਕਿ ਗਊ ਮਾਤਾ ਨੂੰ ਰਾਸ਼ਟਰੀ ਪੰਛੀ, ਸੋਰੀ ਪੰਛੀ ਨੂੰ ਰਾਸ਼ਟਰੀ ਜਾਨਵਰ ਜਿਹੜਾ ਜੀ ਉਹ ਅਨਾਊਂਸ ਕੀਤਾ ਜਾਵੇ, ਜਾਂ ਕੋਈ ਐਸਾ ਰੁਤਬਾ ਜਿਹੜਾ। ਫਿਰ ਟਾਈਗਰ ਕੀ ਕਰੇ ਜੇ ਗਊ ਮਾਤਾ ਨੂੰ ਰਾਸ਼ਟਰੀ ਐਨੀਮਲ ਬਣਾਤਾ, ਟਾਈਗਰ ਤਾਂ ਕਹਿੰਦੇ ਕੀ ਕਰਾਂਗੇ? ਹੁਣ ਸ਼ੇਰ ਤਾਂ ਦਿਖਦਾ ਨਹੀਂ ਕਿਤੇ ਜੀ, ਸ਼ੇਰ ਹੈ ਕਿੰਨੇ ਕੁ ਆਪਣੇ ਕੋਲ ਜੀ। ਗਊਆਂ ਦੇ ਨਾਲ ਰੋਜ਼ ਮੌਤਾਂ ਹੋ ਰਹੀਆਂ ਨੇ ਜੀ, ਮਸਲਾ ਤਾਂ ਇਹ ਨਾ ਵੀ ਮਸਲਾ ਗੰਭੀਰ ਕਿਹੜਾ ਜੀ। ਮੈਂ ਇਹ ਗੱਲ ਕਰਦਾ ਕਿ ਨੈਸ਼ਨਲ ਲੈਵਲ 'ਤੇ ਕੋਈ ਨਾ ਕੋਈ ਗਊ ਮਾਤਾ ਨੂੰ ਐਸਾ ਸਤਿਕਾਰ ਮਿਲੇ ਕਿ ਗਊ ਮਾਤਾ ਨੂੰ ਸੜਕ 'ਤੇ ਛੱਡਣਾ ਜਾਂ ਗਊ ਮਾਤਾ ਦੀ ਰੱਖ ਰਖਾਅ ਨਾ ਕਰਨੀ ਕਿ ਕਾਨੂੰਨੀ ਜ਼ੁਰਮ ਹੋਵੇ। ਗਊ ਮਾਤਾ ਜੀ ਜੇ ਆਪਾਂ ਢੱਠੇ ਦੀ ਗੱਲ ਕਰੀਏ, ਢੱਠੇ ਵੀ ਨਾਲ ਨੇ ਜੀ, ਢੱਠੇ ਵੀ ਨਾਲ ਨੇ, ਕਿਉਂਕਿ ਦੇਖੋ ਮੇਲ ਫੀਮੇਲ ਦਾ ਸੁਮੇਲ ਹੈ ਜੀ ਪੂਰੀ ਸੰਸਾਰ ਦੇ ਵੀ ਸਾਰੇ ਕਿਤੇ, ਤਾਂ ਗਊ ਮਾਤਾ ਅਤੇ ਉਹਦੇ ਢੱਠਾ ਜਿਹੜਾ ਹੁੰਦਾ ਜੀ ਉਹ ਵੀ ਸੁਮੇਲ ਹੈ, ਤਾਂ ਉਹਨਾਂ ਦੀ ਰੱਖ ਰਖਾਅ ਲਈ ਪ੍ਰੋਪਰ ਤਰੀਕੇ ਨਾਲ ਇਹ ਕਾਨੂੰਨ ਬਣੇ, ਔਰ ਕੇਂਦਰ ਸਰਕਾਰ ਇੱਥੇ ਗੌਰ ਕਰਕੇ ਇਹਨੂੰ ਇੰਪਲੀਮੈਂਟ ਕਰੇ ਤਾਂ ਕਿ ਪੂਰੇ ਦੇਸ਼ ਦੇ ਵਿੱਚ ਗਊ ਮਾਤਾ ਦਾ ਸਤਿਕਾਰ ਵੀ ਬਹਾਲ ਹੋਵੇ, ਅਵਾਰਾ ਪਸ਼ੂਆਂ ਦੇ ਨਾਲ ਜਾਨਾਂ ਜਾਣੇ ਵੀ ਬੰਦ ਹੋਣ ਜਾਂਦੇ, ਕਿਸਾਨਾਂ ਦੀ ਫਸਲ ਦਾ ਵੀ ਨੁਕਸਾਨ ਬੰਦ ਹੋਵੇ। ਕੇਂਦਰ ਕਰੇ ਜਾਂ ਪੰਜਾਬ ਵੀ ਕੁਛ ਕਰੇ, ਪੰਜਾਬ ਸਰਕਾਰ ਵੀ ਕੁਛ ਕਰੇਗੀ ਕਿ ਨਹੀਂ ਕਰੂਗੀ? ਪੰਜਾਬ ਸਰਕਾਰ ਕੋਈ ਇਹਨਾਂ ਵਾਸਤੇ ਕੋਈ ਥਾਂ ਅਲੋਟ ਕਰੇ, ਕੋਈ ਇਹਨਾਂ ਵਾਸਤੇ ਸ਼ੈਲਟਰ ਹੋਮ ਬਣਾਵੇ, ਕੋਈ ਗਊਸ਼ਾਲਾ ਬਣਾਵੇ? ਹੈਗੇ ਨੇ ਜੀ, ਗਊਸ਼ਾਲਾ ਹੈਗੀਆਂ ਨੇ, ਫੰਡ ਵੀ ਜਾਂਦਾ, ਕਾਓ ਸੈਕਸ ਵੀ ਜਾਂਦਾ ਜੀ, ਉਹ ਵੀ ਜਾਂਦਾ ਜੀ, ਪਰ ਕੋਈ ਸਾਂਭ ਸੰਭਾਲ ਹੈ ਨਹੀਂ ਜੀ। ਇਸ ਕਰਕੇ ਕੇਂਦਰ ਸਰਕਾਰ ਅਗਰ ਪੂਰੇ ਦੇਸ਼ ਦੇ ਵਿੱਚ ਸਖਤੀ ਨਾਲ ਇਹਦੇ 'ਤੇ ਗੌਰ ਕਰਕੇ ਸਖਤੀ ਜਿਹੜੀ ਆ ਵਰਤੇ ਤਾਂ ਫਿਰ ਇਹਦੇ ਵਿੱਚ ਇੰਪਰੂਵਮੈਂਟ ਹੋ ਸਕਦੀ ਹੈ। ਤਾਂ ਉੱਤੇ ਸਮੇਂ ਦੇ ਉੱਤੇ ਸਿਆਸਤ ਵੀ ਹੁੰਦੀ ਨਜ਼ਰ ਆਈ ਹੈ। ਪਿਛਲੀ ਵਾਰ ਵੀ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਦੇ ਵਿੱਚ ਤੁਹਾਡੀ ਹੀ ਪਾਰਟੀ ਤੋਂ ਅਮਨ ਅਰੋੜਾ ਸੀ ਅਤੇ ਉੱਧਰਲੇ ਪਾਸਿਓਂ NK ਸ਼ਰਮਾ ਆਉਣੀ ਸੀ, ਆਪਸ 'ਚ ਬਹੁਤ ਤਲਖੀਆਂ ਹੋਈਆਂ, ਕਿਉਂਕਿ ਇੱਕ ਪਾਸੇ ਮੰਗ ਸੀਗੀ ਕਿ ਸਲੋਟਰ ਹਾਊਸ ਦੇ ਵਿੱਚ ਇਹਨਾਂ ਨੂੰ ਭੇਜ ਦੇਣਾ ਚਾਹੀਦਾ, ਕਹਿੰਦੇ ਕਿਉਂਕਿ ਜੋ ਦੁੱਧ ਦੇਣਾ ਬੰਦ ਕਰ ਦਿੰਦੀਆਂ ਉਸ ਤੋਂ ਬਾਅਦ ਤਾਂ ਕੋਈ ਇਹਨੇ ਲੋੜ ਨਹੀਂ ਹੈਗੀ, ਤਾਂ ਕਹਿੰਦੇ ਸਲੋਟਰ ਹਾਊਸ 'ਚ ਭੇਜ ਦੇਣਾ ਚਾਹੀਦਾ। ਤੁਹਾਨੂੰ ਕੀ ਲੱਗਦਾ, ਸਲੋਟਰ ਹਾਊਸ ਦੇ ਵਿੱਚ ਭੇਜਣਾ ਚਾਹੀਦਾ ਹੈ ਕਿ ਇਹਨਾਂ ਨੂੰ ਸ਼ੈਲਟਰ ਹੋਮਸ ਦੇ ਵਿੱਚ ਰੱਖਿਆ ਜਾਵੇ? ਦੇਖੋ ਗੱਲ ਇਹ ਹੈ ਜੀ ਕਿ ਜਦੋਂ ਤੱਕ ਤਾਂ ਗਾਂ ਦੁੱਧ ਦਿੰਦੀ ਹੈ ਉਦੋਂ ਤੱਕ ਤਾਂ ਹਰੇਕ ਉਹਦੀ ਰੱਖ ਰਖਾਓ ਕਰਦਾ, ਜੇ ਦੁੱਧ ਦੇਣਾ ਬੰਦ ਕਰ ਗਈ ਤਾਂ ਫਿਰ ਉਹ ਜ਼ਿੰਮੇਵਾਰੀ ਸਰਕਾਰ ਤੈਅ ਕਰੇ ਕਾਨੂੰਨ ਬਣਾ ਕੇ। ਇਸ ਕਰਕੇ ਮੈਂ ਗੱਲ ਕਰ ਰਿਹਾ ਵਾਰ ਵਾਰ ਕਿ ਸਖਤ ਕਾਨੂੰਨ ਬਣੇ ਰੱਖ ਰਖਾਓ ਦਾ, ਗਊ ਮਾਤਾ ਦੀ ਔਰ ਢੱਠਿਆਂ ਦੀ ਰੱਖ ਰਖਾਓ ਦਾ ਸਖਤ ਕਾਨੂੰਨ ਬਣੇ ਕਿ ਉਹਨਾਂ ਦੀ ਜ਼ਿੰਮੇਵਾਰੀ ਤੈਅ ਹੋਵੇ, ਕਿਉਂਕਿ ਉਹ ਜਾਂ ਤਾਂ ਜਿਹੜਾ ਰੱਖ ਰਿਹਾ ਉਹ ਕਰੇ ਜਾਂ ਫਿਰ ਸਰਕਾਰ ਕਰੇ। ਤੁਸੀਂ ਕੋਈ ਪ੍ਰਬੰਧ ਕੀਤਾ ਇਹਨਾਂ ਨੂੰ ਰੱਖਣ ਵਾਸਤੇ? ਕੋਈ ਗਊਸ਼ਾਲਾ ਸਾਡੇ ਹੈਗੀਆਂ ਨੇ ਜੀ, ਗਊਸ਼ਾਲਾ ਹੈਗੀਆਂ ਨੇ, ਉੱਥੇ ਰੱਖ ਰਖਾ ਕਰ ਰਹੇ ਆ ਜੀ, ਪਰ ਗਊਸ਼ਾਲਾ ਹੈ ਹੀ ਮਤਲਬ ਗਊਆਂ ਹੈ ਹੀ ਇੰਨੀਆਂ ਜੀ, ਹਰੇਕ ਰੋਜ਼ ਹੀ ਛੱਡ ਦਿੰਦੇ ਨੇ ਜੀ, ਰੋਜ਼ ਅਸੀਂ ਦੇਖਦੇ ਹਾਂ ਝੁੰਡਾਂ ਦੇ ਝੁੰਡ ਤੁਰੇ ਫਿਰਦੇ ਨੇ ਸੜਕਾਂ 'ਤੇ, ਠੀਕ ਹੈ ਨਾ। ਇਸ ਚੀਜ਼ ਬੜੀ ਗੰਭੀਰ ਹੈ ਜੀ, ਇਹ ਚੀਜ਼ ਨੂੰ ਆਪਾਂ ਹਲਕੇ 'ਚ ਨਾ ਲਈਏ, ਔਰ ਇਹ ਚੀਜ਼ ਜਿੱਥੇ ਇਕੱਲਾ ਅਸੀਂ ਅਧਿਆਤਮਿਕ ਤੌਰ 'ਤੇ ਇਸ ਨੂੰ ਧਰਮ ਨਾਲ ਜੋੜ ਕੇ ਦੇਖਦੇ ਹਾਂ, ਗਊ ਮਾਤਾ ਦੀ ਸੇਵਾ ਕਰਨਾ ਵੀ ਸਾਡਾ ਫਰਜ਼ ਬਣਦਾ ਜੀ, ਔਰ ਪੰਜਾਬ ਸਰਕਾਰ ਕੇਂਦਰ ਸਰਕਾਰ ਇਸ ਗੱਲ 'ਤੇ ਗੰਭੀਰਤਾ ਦੇ ਨਾਲ ਨੋਟਿਸ ਲਵੇ। ਧੰਨਵਾਦ। ਤਾਂ MLA ਦੇਵਾਨ ਇਹੀ ਗੱਲ ਕਹਿ ਰਹੇ ਨੇ ਕਿ ਗਊ ਮਾਤਾ ਨੂੰ ਕਹਿੰਦੇ ਕਿ ਨੈਸ਼ਨਲ ਐਨੀਮਲ ਵਜੋਂ ਐਲਾਨਿਆ ਜਾਵੇ, ਔਰ ਨਾਲ ਹੀ ਇਕੱਲੀ ਗਊ ਮਾਤਾ ਨਹੀਂ ਬਲਕਿ ਢੱਠੇ ਨੂੰ ਵੀ ਨਾਲ ਜੋ ਹੈ ਉਸਦੇ ਜੋੜਿਆ ਜਾਵੇ, ਔਰ ਇਹਨਾਂ ਨੂੰ ਰਾਸ਼ਟਰੀ ਸਨਮਾਨ ਦਿੱਤਾ ਜਾਵੇ, ਇਹਨਾਂ ਨੂੰ ਦਰਜਾ ਦਿੱਤਾ ਜਾਵੇ, ਔਰ ਇਸ ਦੀ ਰੱਖ ਰਖਾਵ ਦੇ ਲਈ ਵੀ ਕਾਨੂੰਨ ਬਣਾਇਆ ਜਾਵੇ। ਕੈਮਰਾ ਪਰਸਨ ਦਵਿੰਦਰ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ TV।